ਤੂੰ ਕਿ ਐਵੇਂ ਕਤਲ ਹੋਈ ਜਾਂਦੀ ਆ। ਬਸ ਪੁੱਤ ਕਿਉਂ ਮਨ ਹਲਕਾ ਕਰਦੀ ਐ। ਬਸ ਕੋਈ ਨੀ, ਭਾਬੀ ਮੈਂ ਤੁਹਾਨੂੰ ਤੇ ਵੀਰੇ ਨੂੰ ਕਿਹਾ ਸੀ ਮੇਰਾ ਵਿਆਹ ਨਾ ਕਰੋ, ਮੇਰੀ ਜ਼ਿੰਦਗੀ ਚ ਰੱਬ ਨੇ ਸੁੱਖ ਲਿਖਿਆ ਨਹੀਂ, ਆ ਹੁਣ ਤੁਸੀਂ ਦੇਖ ਲਓ ਕੀ ਹੋਈ ਜਾਂਦਾ। ਸੁੱਖ ਸਾਨੂੰ ਤਾਂ ਆਈ ਸੀ, ਸਾਰੀ ਉਮਰ ਕਿਹਦੇ ਸਾਰੇ ਕੱਟੇਂਗੀ ਤੂੰ, ਤੇਰਾ ਤਾਂ ਵਿਆਹ ਕੀਤਾ ਸੀਗਾ, ਨਿਆਣੀ ਉਮਰ ਐ। ਮੈਂ ਪੂਰੀ ਉਮਰ ਨਿੰਮਾਂ ਦੇ ਸਾਰੇ ਕੱਟ ਲੈਣੇ ਸੀ ਭਾਬੀ, ਪਰ ਹੁਣ ਆ ਮੈਂ ਕਲੰਕ ਪੂਰੀ ਉਮਰ ਆਪਦੇ ਨਾਲ ਮੱਥੇ ਲਾ ਕੇ ਮੈਂ ਨਹੀਂ ਜੀ ਸਕਦੀ। ਪੁੱਤ ਤੇਰੀ ਉਮਰ ਕਿੰਨੀ ਕੁ ਹੈ ਆਖਿਰ? ਨਿੰਮੋ ਦੇ ਸਾਰੇ ਕੱਟ ਲੈਂਦੀ, ਸਾਨੂੰ ਵੀ ਪਤਾ ਹੈ ਕਿਵੇਂ ਕੱਟ ਲੈਂਦੀ, ਨਹੀਂ ਕੱਟੀ ਸਾਨੂੰ ਵੀ ਨਾ ਜਾਂਦੀ ਸੀ। ਪਤਾ ਸੀ ਵੀ ਐ ਨਿਕਲ ਜੂਗਾ। ਹਾਂ ਹਾਂ ਪਰ ਵੀਰੇ ਮੈਨੂੰ ਤਾਂ ਸ਼ੁਰੂ ਤੋਂ ਹੀ ਇਹ ਗੱਲ ਪਤਾ ਸੀ, ਜੇ ਮੇਰੀ ਕਿਸਮਤ 'ਚ ਸੁੱਖ ਹੁੰਦਾ ਤਾਂ ਮੈਨੂੰ ਫੌਜੀ ਮਿਲ ਜਾਂਦਾ, ਨਾ ਫੌਜੀ ਮਿਲਿਆ, ਤੁਹਾਡੇ ਕਹਿਣ ਤੇ ਮੈਂ ਦੁਬਾਰਾ ਫਿਰ ਦੁੱਖਾਂ 'ਚ ਜਾ ਡਿੱਗੀ। ਪੁੱਤ ਪਤਾ ਸਾਨੂੰ, ਤੂੰ ਸਾਡਾ ਕਹਿਣਾ ਨਹੀਂ ਮੋੜਿਆ, ਦੁੱਖ ਤਾਂ ਸਾਨੂੰ ਵੀ ਹੈ। ਮੈਂ ਤਾਂ ਹੁਣ ਉਦੋਂ ਬਾਅਦ ਜਦੋਂ ਮੈਂ ਜਿਉਂਦਾ ਮੇਰਾ ਪੁੱਤ ਤੁਰਿਆ ਨਾ, ਤੈਨੂੰ ਧੀ ਬਣਾਇਆ ਹੋਇਆ, ਨੂੰਹ ਨਹੀਂ ਸਮਝਦੀ ਮੈਂ ਤੈਨੂੰ। ਕੋਈ ਨਹੀਂ, ਕੋਈ ਨਾ ਆਪਾਂ ਪ੍ਰੀਤ ਨਾਲ ਗੱਲ ਕਰਾਂਗੇ, ਹੁਣੇ ਆਪਾਂ ਨੂੰ ਏਡਾ ਵੱਡਾ ਝੂਠ ਬੋਲੇਗਾ। ਕੋਈ ਨਹੀਂ ਗੱਲ ਕਰਨਗੇ ਵਿਚੋਲੇ ਨਾਲ, ਫਿਰ ਆਪਾਂ ਬਹਿ ਕੇ ਗੱਲ ਕਰਾਂਗੇ ਉਹਨਾਂ ਨਾਲ, ਜੇ ਸੁਧਰ ਗਿਆ ਤਾਂ ਠੀਕ ਹੈ, ਨਹੀਂ ਤੂੰ ਬੈਠੀ ਇੱਥੇ ਸਾਡੇ ਕੋਲ। ਭਾਬੀ ਬਹੁਤ ਔਖਾ ਹੁੰਦਾ ਆਪਦੇ ਅਤੀਤ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਨੂੰ ਸ਼ੁਰੂ ਕਰਨਾ। ਸੁੱਖ ਅਸੀਂ ਜਿਹੜਾ ਕੁਛ ਕੀਤਾ ਕੀਤਾ ਤੇਰੇ ਭਲੇ ਵਾਸਤੇ ਸੀ, ਸਾਨੂੰ ਕੀ ਪਤਾ ਸੀ ਸਾਰਾ ਕੁਛ ਉਲਟੀ ਹੋ ਜਾਊਗਾ। ਚੱਲ ਕੋਈ ਨਾ ਪੁੱਤ, ਰੋ ਨਾ, ਕਰਦੇ ਆ ਆਪਾਂ ਗੱਲ। ਬਸ ਮੇਰੀ ਧੀ ਰੋ ਨਾ, ਬਹੁਤ ਰੋ ਲਈ, ਮੈਨੂੰ ਵੀ ਦੇਖਿਆ ਨਹੀਂ ਜਾਂਦਾ ਹੈਗਾ, ਮਨ ਖਰਾਬ ਰੋ ਹੁੰਦਾ ਹੈਗਾ। ਬਿਮਾਰ ਹੋ ਜਾਏਗੀ। ਕੋਈ ਨਾ, ਮੈਂ ਪ੍ਰੀਤ ਨੂੰ ਸੱਦਾਂਗਾ ਵੀ ਆਪਾਂ ਉਹਦਾ ਕੀ ਮਾੜਾ ਕੀਤਾ ਸੀ, ਹਾਂ ਉਹਨੇ ਪੁੱਤ, ਆਪਣੇ ਨਾਲ ਏਡਾ ਵੱਡਾ ਧੋਖਾ ਕੀਤਾ ਹੈਗਾ। ਹੋਰ ਉਹਦੇ ਨਾਲ ਗੱਲ ਕਰ, ਵਧੀਆ ਚੰਗਾ ਭਲਾ ਆਉਂਦਾ ਜਾਂਦਾ ਸੀਗਾ ਆਪਣੇ। ਉਹਨੂੰ ਭੇਜਦਾ ਵੀ ਕੀ ਕਰ ਲੈਣਗੇ, ਉਹਨੇ ਤਾਂ ਆਪਦਾ ਸ਼ਾਬਾਸ਼ ਲੈਣ ਦੇ ਮਾਰੇ ਗਾਹ ਕਰਤਾ, ਉਹਨੇ ਐਂ ਦੇਖਿਆ ਹੈਗਾ ਵੀ ਕੁੜੀ ਤਾਂ ਪਹਿਲਾਂ ਹੀ ਔਖੀ ਹੈ, ਚੱਜ ਦਾ ਬੰਦੇ ਦਾ ਤਾਂ ਰਲਾਉਣ ਦਾ ਨਸ਼ੇੜੀ ਭਾਤਾ। ਇਹ ਤਾਂ ਜ਼ਿੰਦਗੀ ਬਰਬਾਦ ਕਰਤੀ ਨਾ ਹਾਂ, ਬੇਬੇ। ਇਹ ਦੱਸ ਹੁਣ ਕਿੱਧਰ ਜਾਵੇ ਜਵਾਕ ਦੀ? ਇੱਕਦਮ ਤੁਸੀਂ ਵੀ ਬਾਹਲਾ ਪਿੱਛੇ ਲੱਗਦੇ ਸੀ ਉਹਦੇ, ਉਹ ਪ੍ਰੀਤ ਪ੍ਰੀਤ ਕਰਦੇ ਰਹਿੰਦੇ ਸੀ। ਇਹ ਤਾਂ ਉਹਦੀ ਬਾਹਲੀ ਮੰਨਦਾ, ਮੈਨੂੰ ਪਤਾ ਇਹਦਾ। ਉਹ ਸਿਰ ਤੇ ਮੈਨੂੰ ਕਿਹੜਾ ਪਤਾ ਸੀਗਾ ਵੀ ਐਵੇਂ ਕਰੂਗਾ ਉਹ। ਹੁਣ ਪਤਾ ਲੱਗ ਗਿਆ ਨਾ, ਹੁਣ ਕਰ ਗੱਲ ਉਹਦੇ ਨਾਲ, ਨਹੀਂ ਮੈਨੂੰ ਦੱਸ ਮੈਂ ਜਾਵਾਂ ਕਿੱਥੇ ਹੈਗਾ। ਚੱਲ ਕੋਈ ਨਾ, ਕਰਦੇ ਆ ਗੱਲ। ਗੱਲ ਕਰਤਾ ਲਓਗੇ, ਕਦੇ ਚੁੱਪ ਕਰਕੇ ਬੈਠੇ ਸੁਣੀ ਜਾਓ ਉਹਦੀਆਂ ਗੱਲਾਂ। ਕੋਈ ਨਾ, ਮੈਂ ਇੱਥੇ ਹੀ ਸੱਦੂਗਾ, ਮੈਂ ਥੋੜੀ ਲਿਆਈ ਕਰਕੇ ਕੁਝ ਬੋਲਿਆ ਨਹੀਂ ਜਾਂਦਾ ਉਹਦੇ ਮੂਹਰੇ। ਆਹੋ ਜੀ, ਘਰੇ ਬੁਲਾ ਲਿਓ, ਕੋਈ ਨਾ ਗੱਲ ਤਾਂ ਆਪਾਂ ਕਰ ਹੀ ਲਵਾਂਗੇ। ਲਿਆਜ ਲੂਜ ਨਾ ਸੋਚੋ, ਜਦੋਂ ਉਹਨੇ ਨਹੀਂ ਸੋਚੀ ਆਪਾਂ ਕਿਉਂ ਸੋਚੀ ਜਾਈਏ। ਚੱਲ ਕੋਈ ਨਾ, ਮੈਂ ਕਰਦਾ ਉਹਨੂੰ ਫੋਨ, ਸੱਦ ਦੇਣਗੇ ਤੇਰਾ। ਉਹਨੇ ਤਾਂ ਆਪਣੀ ਕੁੜੀ ਨਾਲ ਕੀ ਕੁਛ ਕਰਤਾ, ਆਪਾਂ ਲਿਆਜੇ ਪੂਰਿਆ ਕਰੀ ਜਾਈਏ। ਕੀ ਬੈਰ ਕੱਢਿਆ ਹਨਾ ਉਹਨੇ, ਹੱਦੀ ਹੋ ਗਈ, ਰੋਜ਼ ਆਉਂਦਾ ਜਾਂਦਾ, ਕਿਆ ਕੀ ਕਰਤਾ ਉਹਨੇ? ਬੇਬੀ ਮੈਂ ਤਾਂ ਉਹਦੇ ਭਰੋਸੇ ਤੇ ਕਰਤਾ ਸਾਰਾ ਕੁਛ। ਕਰਤਾ, ਹੁਣ ਦੇਖ ਲੈ ਫਿਰ। ਹੁਣ ਤੂੰ ਬਸ ਆਈ, ਅੱਜ ਕੱਲ ਲੋਕ ਆਪਦਾ ਦੇਖਦੇ ਦੂਜੇ ਦਾ ਨਹੀਂ ਦੇਖਦੇ। ਮੈਨੂੰ ਤਾਂ ਉਹਦਾ ਮੂੰਹ ਹੀ ਦਿਖਦਾ ਸੀ ਵੀ ਇਹ ਕੀ ਰੰਗ ਲਾਊਗਾ। ਚੱਲ ਪੁੱਤ ਹੁਣ ਤੂੰ ਵੀ ਆਰਾਮ ਕਰ ਲੈ, ਤੇ ਤੂੰ ਪੁੱਤ ਚਾਹ ਪਾਣੀ ਬਣਾ ਲੈ। ਹੈ ਕੋਈ ਨਾ ਬੇਬੇ, ਮੈਂ ਬਣਾ ਕੇ ਲਿਆਉਣੀ ਚਾਹ, ਤੈਨੂੰ ਪਤਾ ਨਾ ਮੈਂ ਤਾਂ ਅਮਲ ਨਾ ਚਾਹ ਦੀ। ਕੋਈ ਨਾ ਬੇਬੇ, ਬਣਾ ਲਿਆਉਣੀ ਮੈਂ। ਚੱਲ ਹੁਣ ਤੂੰ ਆਰਾਮ ਕਰ ਲੈ, ਬਸ ਕਰ, ਰੋ ਨਾ। ਹਾਂ ਹੋਰ ਤੂੰ ਚੁੱਪ ਕਰ, ਹਾਂ ਆ ਜਾ ਅੰਦਰ ਪੈ ਜਾ ਕੇ, ਜਾ ਪੈ ਜਾ, ਚਾਹ ਬਣਾ ਲੈ ਪੁੱਤ। ਸਾਰਾ ਦਿਨ ਕੀ ਕਰਾਂਗੇ ਰੋ ਰੋ ਕੇ, ਕੁਛ ਬਣਦਾ ਹੋਵੇ ਤਾਂ ਫੇਰ ਹੀ ਆ, ਜ਼ਰੂਰੀ ਹੈ ਅੱਖਾਂ ਖਰਾਬ ਕਰਨੀਆਂ, ਕੱਲ ਆਰਾਮ ਜਾ ਕੇ। ਰੱਬਾ ਤੂੰ ਮੇਰੀ ਇੰਨੀ ਮਾੜੀ ਕਿਸਮਤ ਕਿਉਂ ਲਿਖੀ ਆ, ਇਹਦੇ ਨਾਲੋਂ ਚੰਗਾ ਤੂੰ ਮੈਨੂੰ ਚੱਕ ਹੀ ਲੈ। ਰੋਜ਼ ਰੋਜ਼ ਮਰਨ ਨਾਲੋਂ ਤਾਂ ਇੱਕ ਦਿਨ ਮਰਿਆ ਚੰਗਾ ਹੁੰਦਾ, ਨਾਲੇ ਮੇਰੇ ਕਰਕੇ ਬੇਬੇ ਵੀਰਾ ਤੇ ਭਾਬੀ ਸਾਰਿਆਂ ਨੂੰ ਮੈਂ ਕਿੰਨੇ ਦੁੱਖ ਦਿੰਦੀ ਹਾਂ।
ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਮੇਰੀ ਕਿਸਮਤ ਕਿਉਂ ਇੰਨੀ ਮਾੜੀ ਲਿਖੀ ਹੈ ਰੱਬਾ? ਪੁੱਤ ਮੈਂ ਹੁਣ ਤੇਰੇ ਨਾਲ ਰਾਏ ਕਰਦੀ ਹਾਂ। ਹਾਂਜੀ ਮੈਂ ਆਈ ਤਾਂ ਹੀ ਆ ਵੀ ਤੁਹਾਡੇ ਨਾਲ ਮੰਗੇ ਨਾਲ ਰਾਏ ਕਰਾਂ ਵੀ ਹੁਣ ਸੁੱਖ ਬਾਰੇ ਕੀ ਕਰੀਏ। ਪਹਿਲਾਂ ਤਾਂ ਮੇਰਾ ਪੁੱਤ ਨਹੀਂ ਰਿਹਾ, ਮਾੜੇ ਕਰਮ ਜਵਾਕੜੀ ਦੇ ਨਿੱਕੀ ਉਮਰ ਹੈ, ਹੈਂ ਰੱਬ ਨੇ ਉਹ ਖੋਲਿਆ ਤੇ ਹੁਣ ਉਹ ਜਿਹੜਾ ਹੁਣ ਭਾਲ ਹੈਗਾ ਵਿਚੋਲੇ ਨੂੰ ਕੀ ਪਤਾ ਨਹੀਂ ਸੀਗਾ ਇਹੋ ਜਿਹਾ ਨਸ਼ੇੜੀ ਭਾਲ ਹੈ ਜਿਹੜਾ ਕਲੇਸ਼ ਕਰਦਾ ਕੁੱਟ ਮਾਰ ਕਰਦਾ ਉਹਦੇ ਨਾਲ। ਬੇਬੇ ਵਿਚੋਲੇ ਨੂੰ ਸਭ ਪਤਾ ਹੀ ਹੋਊਗਾ, ਜੋ ਸਾਡੇ ਨਾਲ ਇਹ ਗੱਲ ਕੀਤੀ ਸੀ ਕਹਿੰਦਾ ਮੇਰਾ ਲਿਆਜੀ ਆ ਕੋਈ ਦੋਸਤ ਆ ਪੁਰਾਣਾ, ਪਤਾ ਤਾਂ ਹੁੰਦਾ ਹੀ ਕਿਹੋ ਜਿਹਾ ਬੰਦਾ ਕਿਹੋ ਜਿਹਾ ਨਹੀਂ। ਪਤਾ ਕਿਵੇਂ ਨਾ ਹੋਵੇ, ਉਹਨਾਂ ਨੂੰ ਤਾਂ ਆਪਦੀ ਸ਼ਾਬਾ ਛੇਤੀ ਬਣ ਜਾਂਦੀ ਹੈ, ਸਾਡੀ ਉਂਗਲ 'ਚ ਛੇਤੀ ਛਾਂਪ ਪੈ ਜੀ, ਗੱਲ ਤਾਂ ਆ ਹੁੰਦੀ ਹੈਗੀ। ਗਲਤ ਗੱਲ ਹੈ ਬੇਬੇ, ਮੈਂ ਤਾਂ ਇਹਨਾਂ ਨੂੰ ਬਥੇਰਾ ਕਿਹਾ ਸੀਗਾ ਵੀ ਵਿਚੋਲੇ ਜੀ ਨਾਲ ਗੱਲ ਕਰ। ਉਹੀ ਤਾਂ ਗੱਲ ਹੈ, ਮੰਗਾ ਕਰਦਾ ਪੁੱਤ ਹੋਰ ਕੌਣ ਕਰਦਾ, ਅਸੀਂ ਤਾਂ ਉਹਦੇ ਕਰਕੇ ਪਤਾ ਵੀ ਨਹੀਂ ਕੀਤਾ ਵੀ ਮੁੰਡਾ ਕਿਹੋ ਜਿਹਾ ਸੀ ਕਿਹੋ ਜਿਹਾ ਨਹੀਂ। ਮੈਨੂੰ ਤਾਂ ਵਿਚੋਲਾ ਆਪ ਹੀ ਨਹੀਂ ਚੱਜਦਾ ਲੱਗਦਾ, ਸਹੀ ਗੱਲ ਆਪ ਤਾਂ ਕਹੀ ਠੀਕ ਹੈ, ਬਸ ਉਹ ਕੀ ਗੱਲਾਂ 'ਚ ਠੀਕ ਆ ਆ ਗਏ। ਉਹਨੂੰ ਇੰਨੀ ਪਰਖ ਨਹੀਂ ਵੀ ਆ ਬੰਦਾ ਕਿਹੋ ਜਿਹਾ, ਉਹਨੇ ਤਾਂ ਆਪਦੀ ਲਿਹਾਜ ਪੂਰ ਲਈ। ਇਹ ਬੇਬੇ ਆਈ ਹੁੰਦੇ ਸਾਰੇ ਅੱਜ ਕੱਲ ਕੀ ਉਹਦੇ ਜਵਾਕੜੀ ਦੇ ਕੀ ਪਾਪ ਕਰਿਆ ਹੋਇਆ ਸੀ ਕੋਈ? ਬੇਬੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਸੁੱਖ ਨੂੰ ਤੂੰ 2 ਦਿਨ ਆਪਦੇ ਕੋਲ ਲੈ ਜਾ। ਪੁੱਤ ਗੱਲ ਇਹ ਹੈ ਮੈਨੂੰ ਲਿਆਉਣ ਨੂੰ ਤਾਂ ਹੁਣ ਮੇਰੇ ਕੋਲ ਹੀ ਰਹੀ ਹੈ, ਗੱਲ ਇਹ ਹੈ ਵੀ ਤੇਰੇ ਨਾਲ ਤਾਂ ਉਹ ਇੱਕੋ ਜਿਹੀਆਂ ਤੁਸੀਂ ਦੁੱਖ ਸੁੱਖ ਸਾਂਝਾ ਕਰ ਲੈਣੀਆਂ, ਹੁਣ ਮੇਰੇ ਨਾਲ ਜਵਾਕੜੀ ਕੀ ਦੁੱਖ ਸੁੱਖ ਕਰੇ? ਬੇਬੇ ਕਈ ਵਾਰ ਗੁੱਸਾ ਗਿਲਾ ਹੁੰਦਾ ਮਨ 'ਚ, ਸੁੱਖ ਨੂੰ ਮੈਂ ਹੀ ਕਹੀ ਗਈ ਵੀ ਤੂੰ ਵਿਆਹ ਕਰਾ ਲਾ ਵਿਆਹ ਕਰਵਾ ਲਾ, ਉਹਨੇ ਵਿਚਾਰੀ ਨੇ ਮੇਰੇ ਕਹਿਣ ਤੇ ਕਰਵਾ ਲਿਆ ਸੀਗਾ, ਹੁਣ ਆ ਦੇਖ ਲੈ ਨਸ਼ੇੜੀ ਨਿਕਲਿਆ ਚੱਜਦਾ ਵੀ ਨਹੀਂ ਹੈਗਾ। ਨਹੀਂ ਉਹੀ ਤਾਂ ਗੱਲ ਹੈ, ਮੈਨੂੰ ਤਾਂ ਐਂ ਜੀ ਕਰਦਾ ਜਾ ਕੇ ਵਿਚੋਲੇ ਦੇ 2 ਮਾਰਾਂ, ਭਾਵੇਂ ਤੂੰ ਐਂ ਕਹੀਂ ਬੇਬੇ ਐਂ ਕਾਹਤੋਂ ਬੋਲਦੀ ਐ, ਨਾ ਨਾ ਮੈਨੂੰ ਤਾਂ ਬਾਹਲਾ ਗੁੱਸਾ ਚੜਦਾ ਹੈਗਾ। ਕੋਈ ਨਾ ਆਪਾਂ ਬਹਿ ਕੇ ਗੱਲ ਕਰਾਂਗੇ ਵਿਚੋਲੇ ਨਾਲ। ਨਾ ਮੈਂ ਮੰਗੇ ਨੂੰ ਕਿੱਥੇ, ਮੰਗੇ ਨੂੰ ਬੁਲਾ, ਮੈਂ ਉਹਨੂੰ ਕਹਿਣੀ ਆ ਵੀ ਕਰ ਪਈ ਗੱਲ। ਕੋਈ ਨਾ ਆ ਜਾਣੀ, ਅੰਦਰ ਹੀ ਬੈਠੇ ਨੇ ਉਹ ਤਾਂ। ਜਵਾਕੜੀ ਦੇ ਉਹ ਐਡੇ ਮਾੜੇ ਪਾਪ ਕਰੇ ਹੋਏ ਸੀਗੇ, ਪਹਿਲਾਂ ਵਾਲਾ ਮੇਰਾ ਪੁੱਤ ਨਹੀਂ ਰਿਹਾ ਤੇ ਹੁਣ ਦੇਖ ਲਾ ਲਾਤੇ ਰੰਗ। ਬੇਬੇ ਕਿਸਮਤ ਹੀ ਇਹੋ ਜਿਹੀ, ਕਿਸੇ ਦਾ ਦੋਸ਼ ਨਹੀਂ ਹੈਗਾ। ਉਹ ਦੋਸਤ ਤਾਂ ਨਹੀਂ ਹੈਗਾ, ਜਾਣ ਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ, ਪਰ ਹੋ ਜਾਂਦਾ ਜਿਹੜਾ ਕਿਸਮਤ 'ਚ ਲਿਖਿਆ ਹੁੰਦਾ ਹਨਾ। ਬੇਬੇ ਮੈਂ ਤਾਂ ਐਂ ਕਹਿੰਦੀ ਹਾਂ ਤੈਨੂੰ ਕਿ ਆਪਾਂ ਤਲਾਕ ਨਾ ਲੈ ਲਈਏ। ਫਿਰ ਮੰਗੇ ਨਾਲ ਰਾਏ ਕਰਕੇ ਹੀ ਕਰਾਂਗੇ ਇਹ ਗੱਲ, ਤਲਾਕ ਦੀ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਗੱਲ ਹੁੰਦੀ ਹੈ। ਵੱਡੀ ਗੱਲ ਤਾਂ ਹੁੰਦੀ, ਹੁਣ ਬੇਬੇ ਆਪਾਂ ਆਪਣੀ ਕੁੜੀ ਨੂੰ ਤੋਰ ਵੀ ਨਹੀਂ ਸਕਦੇ ਉੱਥੇ। ਤੋਰ ਤਾਂ ਨਹੀਂ ਸਕਦੇ, ਕਰਦਿਆਂ ਰਾਏ ਫਿਰ ਮੰਗੇ ਨਾਲ ਆਪਾਂ। ਹੁਣ ਮੇਰਾ ਤਾਂ ਦੇਖ ਆਪਦਾ ਪੁੱਤ ਤਾਂ ਰਿਹਾ ਨੀ, ਹੁਣ ਤਾਂ ਮੰਗਾ ਹੀ ਹੈ, ਪੁੱਤ ਆ ਚਾਹੇ ਕੜਮਿੱਟ ਹੈ, ਮੈਂ ਤਾਂ ਉਹਨੂੰ ਪੁੱਤ ਮੰਨਦੀ ਹਾਂ। ਠੀਕ ਹੈ, ਅਸੀਂ ਵੀ ਤੈਨੂੰ ਕਦੇ ਬਗਾਨੇ ਸਮਝਦੇ ਨਹੀਂ, ਅਸੀਂ ਵੀ ਤੇਰੇ ਮਾਮਾ ਵਾਂਗੂ ਕਰਦੇ ਆ। ਬਸ ਫਿਰ ਪੁੱਤ ਮੈਂ ਵੀ ਤੁਹਾਨੂੰ ਆਪਦੇ ਹੀ ਸਮਝਦੀ ਹਾਂ, ਹੈ ਵੀ ਤੁਸੀਂ ਮੇਰੇ ਆਪਦੇ, ਤੁਸੀਂ ਕਿਹੜਾ ਕੋਈ ਬਗਾਨੇ ਹੋ, ਤੇ ਰਾਏ ਤਾਂ ਕਰਨੀ ਜ਼ਰੂਰੀ ਬਣਦੀ ਹੈ ਫਿਰ ਹੁਣ। ਕੋਈ ਗੱਲ ਨਹੀਂ, ਆਪਾਂ ਰਾਏ ਕਰ ਲਾਂਗੇ ਉਹਨਾਂ ਨਾਲ ਸਾਰੀ, ਜੇ ਸੁਧਰਦਾ ਤਾਂ ਤੋੜ ਦਾਂਗੇ, ਕੋਈ ਗੱਲ ਨਹੀਂ। ਹਾਂ ਸੁਧਰ ਜੇ ਤੋੜ ਦਾਂਗੇ ਫਿਰ ਆਪਾਂ ਕੀ ਕਰਨੇ ਆ, ਆਪਣੀ ਕੁੜੀ ਬੈਠੀ ਆਪਣੇ ਕੋਲ ਬੈਠਾ ਰਹੂਗਾ ਆਪਦੇ। ਹਾਂ ਸੁਧਰ ਸੁਧਰ ਜੇ ਤੋੜ ਦਾਂਗੇ। ਪਹਿਲੀ ਗੱਲ ਤਾਂ ਉਹਨੂੰ ਬੋਲਣ ਦੀ ਅਕਲ ਹੀ ਹੈ ਨਹੀਂ ਸੀ, ਆਪਾਂ ਗਏ ਤਾਂ ਕਿਵੇਂ ਬੋਲਿਆ? ਆਹੋ ਕਿਵੇਂ ਬੋਲਿਆ, ਕੀ ਬੋਲੇ ਨਹੀਂ ਚੱਜ ਨਾਲ, ਰੱਜਿਆ ਪਿਆ ਸੀਗਾ, ਬੋਲੂਗਾ ਕੀ ਚੱਜ ਨਾਲ? ਨਸ਼ੇ ਨਾਲ ਤਾਂ ਐ ਹੋਇਆ ਪਿਆ ਸੀਗਾ, ਉਹ ਭਗਾਈ ਮਰ ਜਾਂਦਾ ਸੀਗਾ ਫਾਲਤੂ। ਆ ਗਿਆ ਮੰਗਾ ਵੀ। ਕੀ ਹੋਇਆ ਬੇ? ਬੇ ਪੁੱਤ ਐ ਪੁੱਛ ਵੀ ਕੀ ਨਹੀਂ ਹੋਇਆ, ਬਹੁਤ ਕੁਛ ਹੋ ਗਿਆ। ਆ ਹੁਣ ਨਿੱਕੀ ਜਵਾਕੜੀ ਐ ਮੇਰੀ ਨੂੰਹ, ਹੁਣ ਆਪਾਂ ਹੋਰ ਤੋਰਤੀ ਗਾ, ਉਹ ਨਸ਼ੇੜੀ ਮਿਲ ਗਿਆ, ਹੁਣ ਕੀ ਕਰੀਏ, ਉੱਥੇ ਵੀ ਦੁਖੀ ਐ ਮੇਰੀ ਧੀ ਤਾਂ। ਮੈਂ ਕਹਤਾ ਬੇਬੇ ਨੂੰ ਵੀ ਸੁੱਖ ਨੂੰ 2 ਦਿਨ ਚੱਲ ਉੱਧਰ ਲੈ ਜਾ। ਚੱਲ ਬੇਬੇ ਲੈ ਜਾ ਫਿਰ ਉੱਥੇ। ਪੁੱਤ ਮੈਂ ਲੈ ਜਾਣੇ 2-4 ਕੀ ਦਿਨ, ਮੈਂ ਤਾਂ ਰੱਖ ਲਾਂ, ਫਿਰ ਐਂ ਉਹਦੀ ਉਮਰ ਨਿਕਲ ਜੂਗੀ। ਚੱਲ ਐਂ ਵੀ ਨਿਮੋ ਨਾਲ ਨਾ ਉਹਦਾ ਜੀ ਲੱਗੇ 2 ਦਿਨ ਉੱਥੇ। ਹਾਂ ਉਹ ਤਾਂ ਠੀਕ ਹੈ, ਲੈ ਜੂੰਗੀ ਚੱਲ ਮੈਂ। ਉਹਨੇ ਤਾਂ ਆਪਾਂ ਨੂੰ ਬਥੇਰਾ ਕਿਹਾ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ, ਆਪਾਂ ਮੰਨੇ ਨਹੀਂ ਹੈਗੇ। ਆਪਾਂ ਮੰਨੇ ਨਹੀਂ, ਤੂੰ ਹੁਣ ਉਹਦੇ ਨਾਲ ਗੱਲ ਕਰੀ ਨਾਲੇ ਵਿਚੋਲੇ ਨਾਲ ਨਾਲੇ ਮੁੰਡੇ ਨਾਲ।
ਨਾ ਵਿਚੋਲੇ ਨਾਲ ਕਰਦੇ ਪਹਿਲਾਂ, ਫਿਰ ਉਹਨੂੰ ਲੈ ਕੇ ਜਾਵਾਂਗੇ ਉੱਥੇ। ਹਾਂ ਫੋਨ ਨਹੀਂ ਕੀਤਾ ਉਧਰੋਂ, ਨਾ ਕੁਛ ਨਹੀਂ ਆਇਆ, ਨਾ ਫੋਨ ਆਇਆ, ਕੁਛ ਨਹੀਂ। ਬਾਪੂ ਦਾ ਵੀ ਨਹੀਂ ਆਇਆ ਫੋਨ? ਨਾ ਬਾਪੂ ਦਾ ਵੀ ਨਹੀਂ ਆਇਆ ਹੈਗਾ, ਉਹ ਸਾਰੇ ਰਲੇ ਹੋਏ ਨੇਗੇ, ਆਪਾਂ ਚੰਗਾ ਸਮਝਦੇ ਸੀ ਬਾਪੂ। ਹਾਂ ਇੱਕੋ ਹੀ ਗੱਲ ਹੈ, ਇੱਕੋ ਹੀ ਗੱਲ ਹੈ, ਪਹਿਲਾਂ ਆਪਦੇ ਜਵਾਕ ਦਾ ਹੀ ਪੱਖ ਲਊਗਾ। ਹਾਂ ਆਪਣੇ ਨਾਲ ਥੋੜੀ ਖੜੂਗਾ। ਪਹਿਲੀ ਗੱਲ ਤਾਂ ਤੁਹਾਡੀ ਗਲਤੀ ਆ, ਤੁਸੀਂ ਉਹਦੇ ਪਿੱਛੇ ਲੱਗ ਗਏ ਵਿਚੋਲੇ ਦੇ, ਪਤਾ ਨਹੀਂ ਕੀਤਾ ਮੁੰਡੇ ਦਾ ਘਰ ਬਾਰ ਤੇ ਆਸੇ ਪਾਸੇ ਆਂਢ ਗੁਆਂਢ ਚ ਪੁੱਛ ਲੈਂਦੇ ਵੀ ਕਿਹੋ ਜਿਹਾ ਕਿਹੋ ਜਿਹਾ ਨਹੀਂ। ਚੱਲ ਆਪਣੇ ਰੋਜ਼ ਆਉਂਦਾ ਸੀ, ਹੁਣ ਪ੍ਰੀਤ ਆਪਾਂ ਨੂੰ ਪਤਾ ਹੈਗਾ, ਆਪਾਂ ਤਾਂ ਉਹਦੇ ਉਹੀ ਤਾਂ ਗੱਲ ਹੈ, ਵਿਸ਼ਵਾਸ ਹੁੰਦਾ ਹੈ। ਪਹਿਲਾਂ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਪ੍ਰੀਤ ਨਾਲ, ਹਾਂ ਤੇ ਦੇਖਦੇ ਹਾਂ ਕੀ ਬਣਦਾ ਹੈ। ਹਾਂ ਉਹਦੇ ਨਾਲ ਗੱਲ ਕਰ ਪੁੱਤ, ਫਿਰ ਕੋਈ ਬਣਾਉਣੇ ਆ। ਕਿਹਾ ਵੀ ਸੀ ਵੀ ਉਹਦੇ ਨਾਲ ਗੱਲ ਕਰ ਲਈ, ਪਤਾ ਨਹੀਂ ਉਹਨੇ ਕਰੀ ਹੈ ਕਿ ਨਹੀਂ ਕਰੀ। ਮੈਂ ਤਾਂ ਰਾਤ ਨਹੀਂ ਕਰੀ ਹੋਣੀ, ਬਾਕੀ ਕੋਈ ਨਾ ਪੁੱਛ ਲਿਓ ਤੁਸੀਂ, ਦੱਸ ਦੂਗਾ ਵੀ ਕੀਤੀ ਹੈ ਕਿ ਨਹੀਂ। ਉਹਦੇ ਨਾਲ ਗੱਲ ਕਰੀ ਤੇ ਪਤਾ ਲੱਗੂਗਾ। ਦੇਖ ਪੁੱਤ ਜੇ ਤਾਂ ਉਹ ਸੁਧਰਦਾ ਫਿਰ ਤਾਂ ਠੀਕ ਹੈ, ਨਹੀਂ ਫਿਰ ਆਪਾਂ ਕੋਈ ਹੋਰ ਹੀਲਾ ਕਰਾਂਗੇ। ਨਾ ਬੇਬੇ ਹੁਣ ਨਹੀਂ ਆਪਾਂ ਕੋਈ ਹੀਲਾ ਕਰਦੇ, ਬਸ ਹੁਣ ਨਹੀਂ। ਨਹੀਂ ਫਿਰ ਆਪਾਂ ਆਪਦੇ ਕੋਲੇ ਰੱਖਾਂਗੇ ਬਸ, ਹੋਰ ਕੀ। ਬਾਰ ਬਾਰ ਵਿਆਹ ਕਰਨੇ ਕਿਹੜਾ ਹਾਂ, ਸੋਖੇ ਆ। ਚੰਗੀ ਗੱਲ ਪਹਿਲੇ ਥੋੜੀ ਉਹ ਤਾਂ ਵਿਚਾਰੀ ਨੂੰ ਮਸਾਂ ਮਨਾਇਆ ਸੀਗਾ। ਆਪਾਂ ਦੋ ਘਰਾਂ 'ਚ ਉਹਨੂੰ ਆਉਂਦੀ ਜਾਂਦੀ ਰੱਖਾਂਗੇ, ਉਹਦਾ ਟਾਈਮ ਪਾਸ ਹੋ ਜਾਊਗਾ, ਹੋਰ ਕੀ ਆ। ਜੇ ਉਹ ਸੁਧਰਦਾ ਤਾਂ ਦੇਖ ਲੈ, ਤੂੰ ਗੱਲ ਤਾਂ ਕਰ ਲੈ ਇੱਕ ਵਾਰ। ਕਰਾਂਗੇ ਫਿਰ ਬੇਬੇ, ਪ੍ਰੀਤ ਨਾਲ ਕਰਦਾ ਮੈਂ ਗੱਲ। ਕਰ ਲੈ ਗੱਲ ਪੁੱਤ, ਪ੍ਰੀਤ ਨੂੰ ਲੈ ਕੇ ਮੈਂ ਜਾ ਆਉਂਗਾ ਉੱਥੇ। ਹਾਂ ਜਾ ਆਏ। ਹਾਂ ਠੀਕ ਹੈ, ਗੱਲ ਕਰ ਲਈ ਉਹਦੇ ਨਾਲ ਬੈਠ ਕੇ ਵੀ ਕੀ ਕਹਿੰਦਾ। ਤੇ ਸੁੱਖ ਕੀ ਕਰੀ ਜਾਂਦੀ ਹੁਣ? ਸੁੱਖ ਕੁਛ ਨਹੀਂ, ਅੰਦਰ ਹੀ ਬੈਠੀ ਆ। ਉਹ ਤਾਂ ਅੰਦਰ ਹੀ ਬੈਠੀ ਹੋਣੀ ਪਈ ਹੋਣੀ, ਹੋਰ ਕੀ। ਚਲੋ ਜੀ ਮਾੜੀ ਨਿਗਾਹ ਰੱਖਿਆ ਕਰਾਂ, ਮੈਂ ਟੈਨਸ਼ਨ ਲਈ ਜਾਂਦੀ ਉਹ ਵੀ। ਹਾਂ ਕੋਈ ਨਹੀਂ, ਤੂੰ ਹੀ ਰੱਖਿਆ ਕਰ ਪੁੱਤ, ਮੈਂ ਤਾਂ ਬਾਲਾ ਨੂੰ ਹੈ ਜਾਣਾ। ਤੁਸੀਂ? ਮੈਂ ਆਈ ਆਈ ਸੀ ਪੁੱਤ, ਵੀ ਨਿੰਮੋ ਵੀ ਡੀਕਦੀ ਹੈ, ਮੈਂ ਵਗ ਜਾਂਦੀ। ਉਹਦੀ ਪੜ੍ਹਾਈ ਖਰਾਬ ਹੋ ਜੂਗੀ ਫਿਰ। ਤੇ ਹੋਰ ਹੁਣ ਚਾਚੇ ਦੇ ਘਰੇ ਛੱਡ ਰੱਖੀ। ਚਾਚੇ ਤਾਂ 100 ਲੱਖ ਹੈ ਚਾਹੇ, ਪਰ ਜਿਹੜੀ ਅਸੀਂ ਮੈਂ ਕੋਲੇ ਰਹਿਣਾ ਉਹਦੀ ਗੱਲ ਹੋਰ ਹੈ, ਹਨਾ। ਵੀ ਤੁਸੀਂ ਹੁਣ ਮੈਂ ਕਹਿ ਜੀ ਮੈਨੂੰ ਛੱਡੀ ਆ। ਹਾਂ ਛੱਡਿਆ ਹੋਣਾ, ਕੋਈ ਗੱਲ ਨਹੀਂ, ਹੋਰ ਕੋਈ ਨਾ, ਤੁਸੀਂ ਚਾਹ ਪਾਣੀ ਪੀਓ ਫਿਰ ਮੈਂ ਛੱਡਿਆਉਂਗਾ। ਚਲ ਚੰਗਾ ਠੀਕ ਹੈ, ਮੈਂ ਬਣਾਉਣੀ ਆ ਤੇ ਖਾ ਕੇ ਜਾਈ। ਚਲ ਆਹੋ ਐਂ ਕਰ ਲਓ, ਰੋਟੀ ਖਾ ਕੇ ਬਾਹਰ। ਉਹ ਕੋਈ ਆ ਰਿਹਾ ਸਿਰ ਦੀ ਗੱਲ, ਤੂੰ ਐਂ ਕਰ ਬੇਬੇ ਨੂੰ ਰੋਟੀ ਖਵਾ ਦੇ ਫਿਰ ਛੱਡਿਆਉਂਗਾ ਇਹਨੂੰ। ਠੀਕ ਹੈ ਜੀ, ਤੁਸੀਂ ਦੇਖ ਲਓ ਬਾਹਰ ਕੌਣ ਹੈ। ਕੋਈ ਆ ਰਿਹਾ ਹੈਗਾ, ਦੇਖ ਲੈ ਭਾਈ। ਹਾਂ ਜੀ ਬੇਬੇ, ਚਲ। ਸੁੱਖ ਸੁੱਖ, ਹਾਂਜੀ ਬੇਬੇ, ਬੈਠੀ ਹੋ ਤਾਂ। ਮੈਂ ਇਹ ਕਹਿੰਦੀ ਸੀਗੀ ਮੈਂ ਜਾਣੀ ਆ। ਹੈ ਬੇਬੇ, ਮੈਂ ਵੀ ਨਾਲ ਹੀ ਜਾਣਾ। ਉਹ 2 ਦਿਨ ਤਾਂ ਲਾ ਲਾ ਇੱਥੇ, ਹੈ ਫਿਰ ਮੇਰੀ ਗੱਲ ਤਾਂ ਸੁਣ, ਸਿਆਣੀ ਬਣ ਤੂੰ, ਆਖੇ ਲੱਗੀ ਜਾਂਦਾ। ਦੇਖ 2 ਦਿਨ ਤਾਂ ਲਾ ਤੂੰ, ਫਿਰ ਜੇ ਤੇਰਾ ਜੀ ਨਾ ਲੱਗਿਆ ਜਾਂ ਮੈਨੂੰ ਫੋਨ ਕਰਦੀ ਜਾਂ ਮੰਗੇ ਨੂੰ ਕਹੀ ਛੱਡਿਆ ਹੋਊਗਾ ਤੈਨੂੰ। ਬੇਬੇ ਮੇਰਾ ਜੀ ਨਹੀਂ ਲਾਦਾ ਮੈਨੂੰ। ਉਹ ਫਿਰ ਲੱਖੇ ਨਾਲ ਵੀ ਗੱਲ ਕਰਨੀ ਆਪਾਂ, ਹੈ ਸਾਰੇ ਲੱਖੇ ਨਾਲ ਗੱਲ ਕਰਾਂਗੇ, ਠੀਕ ਹੈ। ਬਸ ਰੋਣਾ, 2 ਦਿਨ ਲਾ ਲਾ, ਜੇ ਤੇਰਾ ਨਾ ਜੀ ਲੱਗਿਆ ਮੰਗੇ ਨੇ ਕਹੀ ਤੈਨੂੰ ਛੱਡਿਆਉ, ਤੇ ਨਹੀਂ ਮੈਨੂੰ ਫੋਨ ਕਰਦੀ ਮੈਂ ਆ ਜਾਊਂਗੀ। ਤੇ ਉਹਦਾ ਨਿੰਮੋ ਬਣੀ ਵੀ ਦੇਖ ਲਾ, ਜਵਾਕੜੀ ਕੱਲੀ ਹੈ। ਬੇਬੇ ਤਾਂ ਹੀ ਤਾਂ ਕਹਿੰਦੇ ਮੈਨੂੰ ਲੈ ਜਾ, ਮੇਰਾ ਨਿੰਮੋ ਬਿਨਾ ਜੀ ਨਹੀਂ ਲੱਗਦਾ, ਮੈਂ ਨਹੀਂ ਰਹਿਣਾ ਇੱਥੇ। ਕਿ ਇੱਥੇ ਕੀ ਹੁੰਦਾ ਹੈਗਾ, ਇੱਥੇ ਤੇਰੇ ਪੇਕੇ ਨੇ, ਭਰਜਾਈ ਹੈ ਤੇਰੀ, ਭਾਈ ਹੈ, ਕਮਲੀ ਹੈ ਜਮੀ ਦੇਖੀ ਨਾ, ਕੀ ਕਹਿਣਗੇ ਉਹ ਵੀ, ਇੱਥੇ ਵੀ ਜੀ ਨਹੀਂ ਲੱਗਦਾ ਹੈਗਾ ਕੁੜੀ ਸਾਡੇ ਕੋਲ, ਹੈ। ਚੱਲ ਫਿਰ ਸੋਚਦੀ ਹਾਂ ਮੈਂ, ਹੁਣ ਦੱਸਦੀ ਹਾਂ ਮੈਂ, ਠੀਕ ਹੈ, ਹੈ ਮੰਗੇ ਦੱਸਦੀ ਹਾਂ ਨਾਲੇ ਸੀਰਤ ਨੂੰ, ਠੀਕ ਹੈ। ਬਹਿ ਜਾ, ਮੈਂ ਰਾਏ ਕਰ ਲਈ ਉਹਨਾਂ ਨੇ, ਜੇ ਉਹਨਾਂ ਨੇ ਕਿਹਾ ਵੀ ਜੇ ਬਾਹਲਾ ਕਰੀ ਜਾਂਦੀ ਹੈ, ਚੱਲ ਫਿਰ ਲੈ ਜਾ ਬੇਬੇ, ਮੈਂ ਲੈ ਜੂੰਗੀ, ਠੀਕ ਹੈ। ਬਸ ਰੋ ਨਾ ਮੇਰੀ ਤੇ, ਸਿਆਣੀ ਬਣਿਆ ਕਰ। ਸੀਰਤ, ਹਾਂਜੀ ਬੇਬੇ,
ਤੇ ਮੈਂ ਜਾਣੀ ਆ ਜਾਣੇ ਆ ਹੁਣ ਉਹ ਕਹਿੰਦੇ ਵੀ ਮੈਂ ਰਹਿੰਦੀ ਨਹੀਂ ਇੱਥੇ ਨਾਲ ਲੈ ਕੇ ਚੱਲ ਮੈਨੂੰ ਆਇਆ ਸੀ ਵੀ 2 ਦਿਨ ਲਾ ਲਾ ਤੇ ਜੇ ਨਾ ਜੀ ਲੱਗਿਆ ਮੈਂ ਕਿਹਾ ਮੰਗੇ ਲੈ ਕੇ ਜੀ ਜਾਂ ਮੈਨੂੰ ਫੋਨ ਕਰ ਦੀ ਬੇਬੇ ਮੈਨੂੰ ਉਹਦਾ ਮੂੰਹ ਹੀ ਦੱਸੀ ਜਾਂਦਾ ਸੀਗਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਉਹਨੂੰ 2 ਦਿਨ ਲੈ ਜਾਓ ਤੁਸੀਂ ਲੈ ਜਾ ਫਿਰ ਮੈਂ ਹੁਣ ਬੇਬੇ ਮੈਂ ਤਾਂ ਕੀ ਕਹਿ ਸਕਦੀ ਆ ਮੈਂ ਐਵੇਂ ਮੈਨੂੰ ਤਾਂ ਪਿੱਛੋਂ ਹਾਂ ਕਰਤੀ ਫਿਰ ਇਹ ਆਖਣਗੇ ਵੀ ਪਤਾ ਨਹੀਂ ਮੇਰੀ ਭੈਣ ਨੂੰ ਕਾਹਤੋਂ ਭੇਜਤਾ ਇਹਨਾਂ ਨਾਲ ਗੱਲ ਕਰ ਲੈਣੀ ਆ ਇਹਨਾਂ ਨੂੰ ਪੁੱਛਣਾ ਕੀ ਕਹਿੰਦੇ ਹਾਂ ਪੁੱਤ ਦੱਸ ਫਿਰ ਮੈਨੂੰ ਕਰ ਮੰਗੇ ਨਾਲ ਗੱਲ ਤੂੰ ਕੋਈ ਨਾ ਬੇਬੇ ਆਪਾਂ ਇਹਨਾਂ ਨਾਲ ਗੱਲ ਕਰ ਲੈਣੇ ਆ ਚੱਲ ਤੇ ਫਿਰ ਪੁੱਛ ਲੈਣੇ ਵੀ ਕੀ ਕਹਿੰਦੇ ਆ ਹਾਂ ਜੀ ਮੰਗੇ ਕਿੱਧਰ ਗਏ ਆ ਗਏ ਬੇਬੇ ਐਂ ਕਹਿੰਦੀ ਸੀ ਸੁੱਖ ਨੂੰ ਨਾਲ ਲੈ ਜਾ ਸੁੱਖ ਵੀ ਰੋਈ ਜਾਂਦੀ ਹੈ ਨਾਲ ਜਾਣ ਨੂੰ ਕਹਿੰਦੀ ਉਹ ਵੀ ਰੋਈ ਜਾਂਦੀ ਹੈ ਮੈਂ ਤਾਂ ਇਹੀ 2 ਦਿਨ ਰਹਿ ਜਾ ਨਹੀਂ ਬੇਬੇ ਕੋਈ ਨਾ ਤੂੰ ਇਹਨੂੰ ਇੱਥੇ ਛੱਡ ਜਾ 2 ਦਿਨ ਨਾ ਉਹ ਫਿਰ ਲੱਖੇ ਨਾਲ ਗੱਲ ਕਰਾਂਗੇ ਪ੍ਰੀਤ ਨਾਲ ਗੱਲ ਹੋ ਗਈ ਉਹ ਆਊਗਾ ਅੱਜ ਹਾਂ ਉਹੀ ਤਾਂ ਮੈਂ ਕਹੀ ਸੀ ਇਹਨੂੰ ਕਿਹਾ ਮੈਂ ਇਹ ਗੱਲ ਰਹਿ ਜਾ ਪੁੱਤ 2 ਦਿਨ ਫਿਰ ਗੱਲਬਾਤ ਕਰ ਲੂਗਾ ਮੈਂ 2 ਦਿਨ ਨੂੰ ਮਾਪੀ ਛੱਡ ਆਊਂਗਾ ਠੀਕ ਹੈ ਠੀਕ ਹੈ ਕੋਈ ਨਾ ਇੱਕ ਵਾਰ ਆਪਾਂ ਗੱਲ ਕਰ ਲਈਏ ਕੀ ਕਹਿੰਦੇ ਕੀ ਨਹੀਂ ਫਿਰ ਮੁੜ ਕੇ ਤੂੰ ਬਗ ਜੀ ਜਿੰਨੇ ਦਿਨ ਰਹਿ ਕੇ ਆਉਣਾ ਰਿਹਾ ਹੀ ਠੀਕ ਹੈ ਤੈਨੂੰ ਜਾਣ ਤੋਂ ਨਹੀਂ ਜਾਣ ਤੋਂ ਨੀ ਰੋਕਦੇ ਤੈਨੂੰ ਫਿਰ ਮੈਂ ਬਗ ਜਾ ਉਧਰ ਨਿੰਮੋ ਡਿੱਕੀ ਆਂਦੀ ਆ ਭਰਜਾਈ ਨਾਲ ਜੀ ਲਾ ਵਧੀਆ ਗੱਲਾਂ ਬਾਤਾਂ ਕਰਿਆ ਕਰ ਹੈਂ ਖੁਸ਼ ਰਿਹਾ ਕਰ ਕੋਈ ਨੀ ਗੱਲ ਕਰਦੇ ਆ ਲੱਖੇ ਨਾਲ ਠੀਕ ਹੈ ਹਾਂ ਠੀਕ ਹੈ ਚੱਲ ਚੰਗਾ ਮੈਂ ਜਾਂਦੀ ਹਾਂ ਨਿੰਮੋ ਕੋਲੇ ਠੀਕ ਹੈ ਹੈਲੋ ਬੇਬੀ ਹਾਂ ਫਿਰ ਫੋਨ ਤੇ ਗੱਲ ਕਰਾ ਦੂੰਗੀ ਅੱਛਾ ਸੁੱਖ ਬੇਬੇ ਨੂੰ ਛੱਡ ਆਈਏ ਬਾਹਰ ਤੱਕ ਕਦੇ ਹੱਸ ਵੀ ਪਿਆ ਕਰ ਕਮਲੀਏ ਸਾਰਾ ਦਿਨ ਰੋਂਦੀ ਰਹਿੰਦੀ ਆ ਹੋਰ ਐ ਨਹੀਂ ਕਰਦੇ ਹੁੰਦੇ ਹੈਲੋ ਹੈਲੋ ਕੀ ਹਾਲ ਆ ਸੁੱਖਾ ਤੂੰ ਮੇਰਾ ਐਂ ਦੱਸ ਫੋਨ ਕਾਹਤੋਂ ਕੱਟੀ ਜਾਂਦੀ ਵਾਰੀ ਵਾਰੀ ਤੂੰ ਮੇਰੀ ਗੱਲ ਤਾਂ ਸੁਣ ਲਾ ਮੈਂ ਗਲਤੀ ਮੰਨਦਾ ਜਿਹੜੀਆਂ ਮੈਥੋਂ ਹੋਈਆਂ ਨੇ ਤੂੰ ਪਲੀਜ਼ ਘਰੇ ਆ ਜਾ ਠੀਕ ਆ ਨਾਲੇ ਇੱਕ ਗੱਲ ਤੂੰ ਮੈਨੂੰ ਨਸ਼ਾ ਕਹੀ ਜਾਂਦੀ ਮੈਂ ਨਸ਼ਾ ਨਹੀਂ ਕਰਦਾ ਯਾਰ ਮੰਨ ਵੀ ਲਿਆ ਕਰ ਤੂੰ ਉਹ ਯਾਰ ਮੈਂ ਤੇਰੇ ਨਾਲ ਵਿਆਹ ਕਰਾਇਆ ਤੂੰ ਇਹ ਕੀ ਗੱਲ 100 ਵਾਰੀ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਨੇ ਉਹ ਸੁੱਖ ਮੈਂ ਗੱਲ ਦੱਸਦਾ ਤੂੰ ਨਾ ਤੈਨੂੰ ਵਹਿਮ ਹੋ ਰਿਹਾ ਮੈਂ ਨਸ਼ਾ ਕਸਮ ਲੱਗੇ ਮੈਂ ਕੋਈ ਨਸ਼ਾ ਨਹੀਂ ਕਰਦਾ ਨਾਲੇ ਪਾਪਾ ਤੈਨੂੰ ਯਾਦ ਕਰਦਾ ਰੋਜ਼ ਕਹਿੰਦਾ ਸੁੱਖ ਕਦੋਂ ਆਊਗੀ ਹੁਣ ਉਹਨੂੰ ਮੈਂ ਕਹਾਂ
ਵੀ ਆਉਂਦੀ ਨਹੀਂ ਉਹ। ਚੱਲ ਮੇਰੀ ਗੱਲ ਸੁਣ, ਚੱਲ ਮੈਂ ਗਲਤੀ ਚਾਹੁੰਦਾ ਬਸ, ਤੂੰ ਘਰੇ ਆ ਜਾ, ਐਂ ਘਰ ਖਰਾਬ ਨਹੀਂ ਕਰੀਦਾ ਹੁੰਦਾ। ਮੈਂ ਵੀਰੇ ਨਾਲ ਵੀ ਕਰ ਲੂੰਗਾ, ਮੈਂ ਵੀਰੇ ਨਾਲ ਵੀ ਕਰ ਲੂੰ, ਕਿਉਂ ਗੱਲ ਵਧਾਈ ਜਾਂਦੀ ਤੂੰ ਮਾੜੀ ਮਾੜੀਆਂ ਗੱਲਾਂ ਦਾ, ਕੰਮ ਬਾਝਾਂ ਦੇ ਹੁੰਦੇ। ਠੀਕ ਹੈ, ਮੈਂ ਗਲਤੀ ਮੰਨਦਾ ਕਿ ਮੈਂ ਇੱਥੋਂ ਗਲਤੀ ਹੋ ਗਈ, ਠੀਕ ਆ, ਮਤਲਬ ਮੈਂ ਨਸ਼ਾ ਨਹੀਂ ਕਰਦਾ ਯਾਰ, ਸੁੱਖ ਮੰਨ ਲਿਆ ਕਰ, ਅਤੇ ਤੂੰ ਘਰੇ ਆ ਜਾ। ਨਹੀਂ ਸੁੱਖਾ, ਚੰਗਾ ਮੈਥੋਂ ਗਲਤੀ ਹੋ ਗਈ, ਤੈਨੂੰ ਕਹਿ ਤਾ ਮੈਂ ਸੋਰੀ। ਤੂੰ ਤੂੰ ਮੈਂ ਵੀਰੇ ਨਾਲ ਵੀ ਕਰ ਲੂ, ਮੈਂ ਉਹ ਸੁੱਖਾ ਐਂ ਥੋੜ੍ਹੀ ਹੁੰਦਾ ਹੁੰਦਾ, ਫੋਨ ਲਾਉਣ ਦੀ ਲੋੜ ਨਹੀਂ, ਇਹ ਕੋਈ ਗੱਲ ਹੈ? ਪਲੀਜ਼ ਮੈਥੋਂ ਗਲਤੀ ਹੋ ਗਈ, ਮੈਂ ਮੰਨਦਾ, ਅਤੇ ਤੂੰ ਆ ਜਾ ਤੜਕੇ ਕਰੇ, ਨਾਲੇ ਨਾਲੇ ਮੇਰੀ ਗੱਲ ਸੁਣ ਲਾ, ਉਹ ਤਿਉਹਾਰਾਂ ਦਾ ਟਾਈਮ ਆ, ਮੇਰੀ ਗੱਲ ਸੁਣਾ, ਫੋਨ ਨਾ ਕੱਟੀ ਪਹਿਲਾਂ ਸੁੱਖ ਗੱਲ ਤਾਂ, ਹੁਣ ਫੋਨ ਨਾ ਕੱਟੀ, ਤਿਉਹਾਰਾਂ ਦਾ ਟਾਈਮ ਆ, ਤੜਕੇ ਵਰਤ ਆ, ਵਰਤ ਰੱਖ ਲਾ। ਮੈਂ ਕੋਈ ਵਰਤ ਵੁਰਤ ਨਹੀਂ ਰੱਖਣਾ ਲੱਗੀ, ਇੰਨਾ ਕੁਛ ਕਰਕੇ ਹੁਣ ਇਹਨੂੰ ਵਰਤ ਯਾਦ ਆਉਂਦੇ ਆ। ਜੇ ਕੋਈ ਗੱਲ ਸੀ ਮੈਨੂੰ ਪਹਿਲਾਂ ਵੀ ਬੋਲ ਸਕਦੇ ਸੀ, ਮੈਂ ਕਿੰਨੇ ਦਿਨ ਇਹਨਾਂ ਨੂੰ ਪਿਆਰ ਨਾਲ ਪੁੱਛਦੀ ਰਹੀ, ਨਾ ਕੋਈ ਗੱਲ ਨਾ ਕੁਛ। ਹੁਣ ਜਦੋਂ ਸਭ ਕੁਛ ਖਤਮ ਕਰਨ ਦਾ ਸੋਚ ਲਿਆ, ਹੁਣ ਪਿਆਰ ਦੀਆਂ ਗੱਲਾਂ ਕਰਦੇ ਆ, ਵਰਤ ਦੀਆਂ ਗੱਲਾਂ ਕਰਦੇ ਆ। ਮੈਂ ਕੋਈ ਰਿਸ਼ਤਾ ਰੱਖਣਾ ਹੀ ਨਹੀਂ, ਮੈਂ ਪੂਰੀ ਜ਼ਿੰਦਗੀ ਬਸ ਨਿੰਮੋ ਦੇ ਸਹਾਰੇ ਹੀ ਕੱਟ ਲੈਣੀ ਹੈ। ਸੁੱਖ ਕੀ ਹੋ ਗਿਆ, ਕਤਰ ਹੋਈ ਜਾਂਦੀ ਆ ਹੈਂ? ਭਾਬੀ ਲੱਖੇ ਦਾ ਫੋਨ ਆਇਆ ਸੀ ਹੁਣੀ। ਲੱਖੇ ਦਾ ਫੋਨ, ਕੀ ਕਹਿੰਦਾ ਸੀ ਉਹ? ਕੁਛ ਨੀ ਭਾਬੀ, ਮੈਨੂੰ ਕਹਿੰਦਾ ਤੂੰ ਵਾਪਸ ਆ ਜਾ, ਕਹਿੰਦਾ ਕਿਉਂ ਆਪਣਾ ਘਰ ਖਰਾਬ ਕਰਦੀ ਹੈ। ਅੱਛਾ, ਕਿ ਘਰ ਮੈਂ ਖਰਾਬ ਕੀਤਾ? ਕਿਤੇ ਤੈਨੂੰ ਪਤਾ ਕਾਹਦੇ ਵਾਸਤੇ ਗਈ ਹੈ ਮੈਂ? ਭਾਬੀ ਮੈਨੂੰ ਕਹਿੰਦਾ ਮੈਂ ਕੋਈ ਨਸ਼ੇ ਨੀ ਕਰਦਾ, ਤੂੰ ਮੇਰੇ ਤੇ ਝੂਠਾ ਇਲਜ਼ਾਮ ਲਾਇਆ। ਮੈਨੂੰ ਕਹਿੰਦਾ ਇੱਕ ਵਾਰੀ ਵਾਪਸ ਆ ਜਾ ਤੇ ਕਹਿੰਦਾ ਵਰਤ ਰੱਖ ਲਾ। ਭਾਬੀ ਮੈਂ ਕੋਈ ਰਿਸ਼ਤਾ ਨੀ ਰੱਖਣਾ ਉਸ ਬੰਦੇ ਨਾਲ। ਮੈਂ ਕਿ ਵਰਤ ਵਾਲੇ ਤੇਰੇ ਲੱਛਣ ਹੈਗੇ ਆ? ਕਰਦਾ ਤੂੰ ਨਸ਼ੇ ਆ, ਕਿ ਤੇਰੇ ਵਿੱਚ ਮੈਂ ਵਰਤ ਰੱਖਾਂ? ਮੈਂ ਕਿ ਭੁੱਖੀ ਮਰਾਂ, ਤੂੰ ਮੇਰੀ ਗੱਲ ਕਿਉਂ ਨੀ ਕਰਵਾਈ ਜਦੋਂ ਫੋਨ ਆਇਆ ਸੀ? ਹੁਣ ਭਾਬੀ ਨੂੰ ਪਿਆਰ ਦੀਆਂ ਗੱਲਾਂ ਆਉਂਦੀਆਂ, ਇੰਨੇ ਪਿਆਰ ਨਾਲ ਗੱਲ ਕਰ ਰਿਹਾ। ਕਿੰਨੇ ਦਿਨ ਮੈਂ ਉੱਥੇ ਮਿੰਨਤਾਂ ਕਰਦੀ ਰਹੀ ਕੋਈ ਗੱਲ ਹੈ ਤਾਂ ਮੈਨੂੰ ਲੱਖੇ ਦੱਸ ਦੇ, ਉਦੋਂ ਮੈਨੂੰ ਇਹਨੇ ਕੋਈ ਗੱਲਬਾਤ ਨਹੀਂ ਕੀਤੀ। ਹੁਣ ਇਹਨੂੰ ਵਰਤ ਯਾਦ ਆਉਂਦੇ ਨਾ? ਇਹਨੂੰ ਆਈ ਨੀ ਕਿਹਾ ਤੂੰ ਤੂੰ ਨਸ਼ੇ ਕਹਿੰਦਾ ਝੂਠ ਬੋਲਦਾ? ਤੂੰ ਤਾਂ ਨਾਲ ਰਹਿੰਦੀ ਸੀ, ਤੈਨੂੰ ਕੁੱਟਦਾ ਮਾਰਦਾ ਸੀ, ਇਹ ਤਾਂ ਨੀ ਕਿ ਮੈਂ ਝੂਠ ਮਾਰਦੀ? ਉਹੀ ਤਾਂ ਗੱਲ ਹੈ ਨਾ ਭਾਬੀ, ਜੇ ਕੋਈ ਗੱਲ ਸੀ ਬੰਦਾ ਪਹਿਲਾਂ ਵੀ ਤਾਂ ਕਰ ਸਕਦਾ, ਹੁਣ ਇਹਨੂੰ ਗੱਲਾਂ ਯਾਦ ਆਉਂਦੀਆਂ ਜਦੋਂ ਪਤਾ ਵੀ ਹੁਣ ਬੇਇੱਜ਼ਤੀ ਹੋਏਗੀ। ਸੁੱਖ ਉਹੀ ਫਿਰਦਾ ਭੌਂਕਦਾ, ਹੁਣ ਰੋਟੀਆਂ ਆਪ ਨੂੰ ਪਕਾਉਣੀਆਂ ਪੈਂਦੀਆਂ ਤਾਂ ਫੋਨ ਕਰਦਾ, ਕਿਹੜੇ ਵਰਤਾਂ ਕਰਕੇ ਕੀਤਾ ਇਹਨੇ? ਮੈਨੂੰ ਕਹਿੰਦਾ ਤੈਨੂੰ ਬਾਪੂ ਯਾਦ ਕਰਦਾ, ਤੂੰ ਆ ਜਾ ਕਹਿੰਦਾ। ਅੱਛਾ, ਜੇ ਬਾਪੂ ਯਾਦ ਕਰਦਾ, ਕਿ ਬਾਪੂ ਨੇ ਤਾਂ ਮੈਨੂੰ ਇੱਕ ਦਿਨ ਵੀ ਫੋਨ ਨਹੀਂ ਕੀਤਾ। ਜੇ ਬਾਪੂ ਯਾਦ ਕਰਦਾ, ਬਾਪੂ ਕਿ ਆਪ ਤਾਂ ਆਇਆ ਨੀ ਸਾਡੇ ਘਰੇ? ਭਾਬੀ ਮੈਂ ਤਾਂ ਉਹਨੂੰ ਇੱਕ ਗੱਲ ਕਹਿਤੀ ਵੀ ਜਿਹੜੀ ਗੱਲ ਕਰਨੀ ਤੂੰ ਮੇਰੇ ਵੀਰੇ ਨਾਲ ਆ ਕੇ ਕਰ ਲਾ, ਮੈਂ ਤੇਰੇ ਨਾਲ ਕੋਈ ਗੱਲ ਨੀ ਕਰਨੀ, ਤੇ ਮੈਨੂੰ ਫੋਨ ਲਾਉਣ ਦੀ ਕੋਈ ਲੋੜ ਨਹੀਂ ਹੈਗੀ। ਤੂੰ ਗਲਤੀ ਕੀਤੀ, ਫੋਨ ਹੀ ਮੈਨੂੰ ਫੜਾਉਣਾ ਸੀਗਾ, ਮੈਂ ਆਪੇ ਕਰਦੀ ਉਹਨੂੰ ਸਿੱਧਾ। ਭਾਬੀ ਮੈਂ ਕਿਹਾ ਤੁਹਾਨੂੰ ਕਾਹਤੋਂ ਦੁਖੀ ਕਰਨਾ ਵਾਰ ਵਾਰ? ਨਾ ਕਿ ਜਦੋਂ ਆਏ ਸੀ ਘਰੇ ਉਹ ਤਾਂ ਸਿੱਧੇ ਮੂੰਹ ਬੋਲਿਆ ਨੀ ਕਿ, ਉਹ ਤਾਂ ਕਿਵੇਂ ਉੱਠ ਉੱਠ ਭੱਜਦਾ ਸੀਗਾ, ਉਹ ਤਾਂ ਮਸੀਂ ਕਹਿੰਦੇ ਸੀ ਲੈ ਜਾਓ ਤੁਹਾਡੀ ਨੂੰ, ਫਿਰ ਕਿ ਮੈਂ ਆ ਗਈ, ਹੁਣ ਕਿਉਂ ਫੋਨ ਕਰਦਾ ਪਿੱਛੋਂ? ਉਹੀ ਤਾਂ ਗੱਲ ਹੈ ਭਾਬੀ, ਫਿਰ ਮੈਂ ਗੁੱਸੇ 'ਚ ਫੋਨ ਹੀ ਕੱਟਤਾ, ਮੈਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ ਭਾਬੀ। ਤੂੰ ਉਹਦਾ ਨੰਬਰ ਹੀ ਬਲੌਕ ਲਿਸਟ 'ਚ ਸੁੱਟ, ਬਲੌਕ ਕਰਨ ਪਰੇ।
ਤੁਸੀਂ ਵੀਰੇ ਨਾਲ ਗੱਲ ਕਰ ਲਓ ਭਾਬੀ, ਆਪੇ ਗੱਲ ਕਰ ਲੈਣਗੇ। ਕੋਈ ਨਾ, ਵੀਰੇ ਨਾਲ ਗੱਲ ਕਰ ਲੈਣੀ ਮੈਂ, ਉਹ ਆਪੇ ਕਰਨਗੇ ਪ੍ਰੀਤ ਨਾਲ ਗੱਲ। ਆਪਾਂ ਪ੍ਰੀਤ ਨੂੰ ਦੱਸਾਂਗੇ ਫਿਰ ਸਾਨੂੰ ਫੋਨ ਕਰਦਾ ਕੀ ਮਤਲਬ ਉਹਦਾ ਫੋਨ ਕਰਨ ਦਾ। ਬਸ ਭਾਬੀ ਮੈਂ ਖਤਮ ਕਰਨਾ, ਮੈਂ ਉਹਦਾ ਕੋਈ ਰਿਸ਼ਤਾ ਰੱਖਣਾ ਹੀ ਨਹੀਂ। ਜਿਹੜੇ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀਂ, ਜਿਹੜਾ ਬੰਦਾ ਮੇਰੇ ਤੇ ਅੱਜ ਹੱਥ ਚੱਕ ਰਿਹਾ, ਕੱਲ ਨੂੰ ਕੀ ਕਰੂਗਾ ਭਾਬੀ ਉਹ। ਉਹੀ ਤਾਂ ਗੱਲ ਕਮਲੇ, ਤੈਨੂੰ ਮੈਂ ਐਂ ਕਹਿੰਦੀ, ਐਵੇਂ ਉਹਦੀ ਗੱਲਾਂ ਚ ਨਾ ਜੀ ਹੁਣ, ਠੀਕ ਹੈ ਨਾ? ਆਹ ਤਾਂ ਮਾਰੂਗਾ ਮਿੱਠੀਆਂ। ਠੀਕ ਹੈ ਭਾਬੀ। ਹਾਂ, ਜੇ ਹੁਣ ਕੋਈ ਦੁਬਾਰਾ ਫੋਨ ਆਉਂਦਾ ਮੈਨੂੰ ਦੱਸੀ, ਮੈਂ ਕਰੂ ਗੱਲ ਉਹਦੇ ਨਾਲ। ਠੀਕ ਹੈ ਭਾਬੀ, ਬਾਕੀ ਤੁਸੀਂ ਆਪੇ ਵੀਰੇ ਨਾਲ ਗੱਲ ਕਰ ਲਓ। ਪ੍ਰੀਤ ਨੂੰ ਵੀ ਬੁਲਾਉਂਦੇ ਤੇ ਪ੍ਰੀਤ ਨਾਲ ਬਹਿ ਕੇ ਗੱਲ ਕਰਦੇ ਆ ਵੀ ਕੀ ਕਹਿੰਦਾ। ਠੀਕ ਹੈ, ਹੋਰ ਨੀ ਕੁਛ ਬੋਲਿਆ? ਨਾ ਭਾਬੀ, ਬਸ ਪਿਆਰ ਨਾਲ ਮੈਨੂੰ ਬੁਲਾਉਣ ਦੀਆਂ ਸਕੀਮਾਂ ਹੀ ਕਰੀ ਜਾਂਦਾ ਸੀ। ਤੂੰ ਆ ਜਾ ਇੱਕ ਵਾਰ, ਮੈਂ ਗੱਲ ਕਰਨੀ ਆ। ਤੂੰ ਕਿਉਂ ਘਰ ਖਰਾਬ ਕੀਤਾ? ਆਹੋ, ਕਿ ਦੁਬਾਰਾ ਕੁੱਟ ਖਾਣ ਵਾਸਤੇ ਆ ਜਾਂਦੇ ਤੇਰੇ ਕੋਲ, ਕਿ ਛਿੱਤਰ ਖਾਣ ਵਾਸਤੇ ਬੁਲਾਉਂਦਾ ਮੈਨੂੰ? ਚੱਲ ਤੂੰ ਐਵੇਂ ਟੈਨਸ਼ਨ ਨਾ ਲੈ, ਠੀਕ ਹੈ ਨਾ? ਉਹ ਫਿਰਦਾ ਭੌਂਕਦਾ, ਉਹਨੂੰ ਫਿਰ ਰਹਿੰਦੇ ਭੌਂਕਦਾ। ਤੂੰ ਨਾ ਮਨ ਖਰਾਬ ਕਰਿਆ ਕਰ, ਤੂੰ ਬਿਮਾਰ ਹੋ ਕੇ ਬਹਿ ਜਾਏਂਗੀ। ਠੀਕ ਆ ਭਾਬੀ, ਚੰਗਾ ਨਾ? ਕਰੀ ਜਾਂਦੇ ਫੋਨ, ਐਵੇਂ ਟੈਨਸ਼ਨ ਨਾ ਲੈ, ਟੈਨਸ਼ਨ ਫ੍ਰੀ ਹੋ ਕੇ ਰਹਿ ਤੂੰ ਇੱਥੇ ਆਪਦਾ। ਠੀਕ ਆ ਭਾਬੀ, ਉਹਨੂੰ ਵੀ ਤਾਂ ਪਤਾ ਲੱਗੇ ਵੀ ਘਰੋਂ ਕੱਢੀ ਸੀ ਤਾਂ ਰੱਖੀ ਅਸੀਂ ਆਪਦੇ ਘਰੇ, ਉਹਦੇ ਫੋਨ ਕਰਨ ਨਾਲ ਥੋੜੀ ਤੋਰ ਦਾਂਗੇ ਤੈਨੂੰ। ਚੰਗਾ, ਠੀਕ, ਚੱਲ ਮੈਂ ਗੱਲ ਕਰਦੀ ਇਹਨਾਂ ਨਾਲ, ਠੀਕ ਹੈ? ਕੁਛ ਖਾਣਾ ਪੀਣਾ ਹੈਗਾ ਤੂੰ? ਨਹੀਂ ਭਾਬੀ। ਫਿਰ ਐਵੇਂ ਰੋਈ ਨਾ ਜਾਈ ਹੁਣ, ਚੰਗਾ? ਚੱਲ ਧਿਆਨ ਰੱਖੀ ਆਪਦਾ। ਠੀਕ ਹੈ।